ਕਿੱਥੇ ਵੱਧਦੇ ਨੇ ਸਾਰੇ? ਤੂੰ ਘਾਰੇ, ਨਾਦੀਆ ਘਾਰੇ, ਛੋਰ ਕਿੱਥੇ? ਅੱਬੂ ਜੀ, ਮੁਬਸ਼ਰ ਗਈ ਹੋਇਆ ਬਾਜ਼ਾਰ ਹੋ ਤੇ ਵਸੀਮ ਦਾ ਮੈਨੂੰ ਕੋ ਨਹੀਂ ਪਤਾ ਤੇ ਰਿਮਸ਼ਾ ਆਪਣੀ ਭੈਣ ਕੋਲ ਗਈ ਹੋਈ ਗਏ। ਸਮਝ ਆਈ ਗਈ? ਹੈਂ ਅੱਬਾ, ਮੈਂ ਕਹਿ ਮੁਬਸ਼ਰ ਬਾਜ਼ਾਰ ਗਈ ਹੋਇਆ ਤੇ ਵਸੀਮ ਦਾ ਕੋ ਨਹੀਂ ਮੈਨੂੰ ਪਤਾ। ਆਲਾ ਆਲਾ ਆਲਾ, ਹਾਂ ਨਾਦੀਆ ਕਰ, ਨਾਦੀਆ ਹੋਰੇ ਆਣਾ ਪੁੱਤਰ। ਅੱਬੂ ਜੀ। ਹਾਂਜੀ ਅੱਬੂ ਜੀ। ਹਾਂ ਹਾਂ, ਮੈਂ ਕੋਈ ਡੋਰਾਂ, ਗੱਲ ਕਰ। ਮੇਰਾ ਦਿਲ ਕਰਦਾ ਪਿਆ ਕਿ ਮੈਂ ਪਿੱਛੂ ਫੇਰਾ ਮਾਰ ਆਵਾਂ ਮੂੰ, ਅੰਮੀ ਹੋਰਾਂ ਨੂੰ ਮਿਲ ਆਵਾਂ ਮੂੰ। ਤੇ ਇਹਦੇ 'ਚ ਮੇਰੇ ਕੋਲੋਂ ਪੁੱਛਣ ਵਾਲੀ ਕਿਹੜੀ ਗੱਲ ਹੈ? ਆਪਣੇ ਸਾਈਆਂ ਕੋਲੋਂ ਪੁੱਛਿਆ ਕਰੋ। ਤੁਸੀਂ ਮੁੜ ਮੁੜ ਕੇ ਮੈਨੂੰ ਕਹਿੰਦੀ ਹੋ ਘਰ ਜਾਵਾਂ, ਮਾਲ ਜਾਵਾਂ। ਤੇ ਸਾਡਾ ਹੱਕ ਬਣਦਾ ਮੇਰਾ ਪਿਓ ਤੇਰੇ ਕੋਲ ਵੀ ਪੁੱਛਣਾ, ਕਿਉਂਕਿ ਤੂੰ ਸਾਡੇ ਘਰ 'ਚ ਵੱਡਾ ਹੈ। ਤੇ ਠੀਕ ਹੈ, ਉੱਤਾਂ ਉੱਠੀ ਨਵਾਬ ਦੀ ਧੀਆ, ਨਿਕਲ ਜਾ ਸਾਡੇ ਘਰੋਂ। ਕੀ ਹੋ ਗਿਆ ਰਿਮਸ਼ਾ? ਅੱਬੂ ਜੀ ਬਸ, ਬਹੁਤ ਤਮਾਸ਼ਾ ਮੈਂ ਵੇਖ ਲਿਆ, ਹੁਣ ਮੇਰੇ ਤੋਂ ਬਰਦਾਸ਼ਤ ਨਹੀਂ ਆਉਂਦਾ। ਇਹਨੂੰ ਆਖੋ ਇਹ ਸਾਡੇ ਘਰੋਂ ਨਿਕਲ ਜਾਵੇ। ਕਿਉਂ ਕੜਕਾਰ ਪਾਇਆ ਹੋਇਆ ਮੈਨੂੰ ਦੱਸੋ, ਐਵੇਂ ਰੌਲਾ ਪਾਈ ਗੱਤੀ ਹੈ? ਹਜੇ ਵੀ ਤੁਹਾਨੂੰ ਦੱਸਣ ਦੀ ਲੋੜ ਹੈ? ਤੁਹਾਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਹੈ? ਹਜੇ ਵੀ ਤੁਸੀਂ ਪੁੱਛਦੇ ਹੋ ਕਿ ਹੋਇਆ ਕੀ ਹੈ? ਕਿਸੇ ਗੱਲ ਦਾ ਤੁਹਾਨੂੰ ਪਤਾ ਹੀ ਨਹੀਂ ਰਹਿ ਗਿਆ? ਮੈਨੂੰ ਤੇ ਨਹੀਂ ਸਮਝ ਆ ਰਹੀ। ਤੁਹਾਨੂੰ ਕਦੀ ਵੀ ਸਮਝ ਨਹੀਂ ਆਣੀ ਅੱਬੂ ਜੀ। ਉਹ ਬਸ ਕਰੋ, ਕੀ ਹਾਲ ਹਾਲ ਗੱਤੀ ਹੋਈ ਨੇ ਅੱਬਾ? ਤੇ ਤੁਸੀਂ ਇਹਨਾਂ ਨੂੰ ਨਹੀਂ ਸਮਝਾ ਸਕਦੇ? ਪੂਰਾ ਥੇ ਇਕੱਠਾ ਕਰਨਾ ਹੀ ਨੇ। ਘਰ ਦੀ ਗੱਲ ਹੁੰਦੀ ਹੈ, ਬੰਦਾ ਹੌਸਲੇ ਨਾਲ ਵੀ ਗੱਲ ਕਰ ਲੈਂਦਾ। ਭਾਈ ਜਾਨ ਬਸ ਕਰੋ, ਮੈਂ ਕਿਵੇਂ ਹੌਸਲੇ ਨਾਲ ਗੱਲ ਕਰਾਂ? ਤੁਹਾਨੂੰ ਪਤਾ ਹੈ ਮੈਂ ਕਿੱਥੋਂ ਆ ਰਹੀ ਹਾਂ? ਕਿਹਨੂੰ ਆ ਰਹੀ ਹੈ? ਮੈਂ ਚਾਚੇ ਦੇ ਘਰੋਂ ਆ ਰਹੀ ਹਾਂ। ਤੇ ਚਾਚੇ ਦੇ ਘਰੋਂ ਆ ਕੇ ਤੇ ਘਰ ਕੇ ਅਕੌਰਤਾ ਹੀ ਖਲੀਏ। ਮੇਰੀ ਸੁਣਾਂਗੇ ਤੇ ਫੇਰੀ ਨਾ। ਸਾਡੀ ਭੈਣ ਕਿਤਨੀ ਔਖੀ ਜ਼ਿੰਦਗੀ ਗੁਜ਼ਾਰੀ, ਤੁਹਾਨੂੰ ਪਤਾ ਹੈ ਕਿਸੇ ਗੱਲ ਦਾ? ਕਿਤਨੀ ਮੁਸੀਬਤਾਂ ਤੋਂ ਜ਼ਿੰਦਗੀ ਗੁਜ਼ਾਰ ਰਹੀ ਹੈ, ਕੀ ਹਾਲ ਕੀਤਾ ਹੈ ਉੱਥੇ? ਅੱਜ ਸਾਰੀ ਖੋਲ ਕੇ ਮੈਨੂੰ ਦੱਸਿਆ ਨਾ ਮੇਰੀ ਭੈਣ, ਮੈਂ ਤਾਂ ਸੁਣ ਕੇ ਰੋ ਪਈ ਆ। ਤੇ ਤੁਸੀਂ ਇਹਨੂੰ ਕਿਵੇਂ ਨਵਾਬਾਂ ਵਾਲ ਰੱਖਿਆ ਹੋਇਆ? ਨਵਾਬਾਂ ਵਾਲੀ ਜ਼ਿੰਦਗੀ ਗੁਜ਼ਾਰ ਰਹੀ ਹੈ ਤੇ ਸਾਡੀ ਭੈਣ ਕਿਵੇਂ ਜ਼ਿੰਦਗੀ ਗੁਜ਼ਾਰ ਰਹੀ ਹੈ? ਤੁਹਾਨੂੰ ਪਤਾ ਹੈ, ਤੁਹਾਨੂੰ ਇਹ ਆਖਿਆ ਜਾਂਦਾ ਕਿ ਉਹਦਾ ਖਿਆਲ ਰੱਖੋ। ਤੁਸੀਂ ਕੀ ਕੀਤਾ? ਤੁਹਾਡੇ ਤੇ ਪੈਰ ਸੜ ਦੇ ਉਹਦੇ ਘਰ ਜਾਣ ਵਾਸਤੇ। ਕਿਵੇਂ ਜ਼ਿੰਦਗੀ ਗੁਜ਼ਾਰੀ ਤੁਹਾਨੂੰ ਪਤਾ ਹੈ? ਮੈਨੂੰ ਪਤਾ ਜਿਵੇਂ ਉਹ ਗੁਜ਼ਾਰਦੀ ਪਈ ਹੈ, ਅੰਨਾ ਕੋਈ ਨਹੀਂ ਮਾਏ। ਬਸ ਕਰ ਰਿਮਸ਼ਾ, ਤੈਨੂੰ ਪਤਾ ਨਹੀਂ ਕੀ ਭੈਣ ਪਟੀਆਂ ਬਣਾ ਕੇ ਖਲਿਆ ਹੈ, ਪਰ ਤੇਰਾ ਹੱਕ ਨਹੀਂ ਬਣਦਾ ਕਿ ਤੂੰ ਮੇਰੇ ਇਸ ਘਰੋਂ ਕੱਢੇ। ਹੱਕ ਬਣਦਾ ਕਿ ਮੇਰੇ ਸਾਈਂ ਦਾ ਬਣਦਾ, ਉਹ ਮੈਨੂੰ ਘਰੋਂ ਕੱਢੇ। ਜੇ ਤੂੰ ਮੈਨੂੰ ਕਿਉਂ ਭੜਕਦੀ ਪਈ ਹੈ, ਗੱਲ ਕਰ ਮੇਰੇ ਵੱਟੇ ਵਾਲੀ, ਤੇ ਤੇਰਾ ਹੱਕ ਨਹੀਂ ਬਣਦਾ ਕਿ ਤੂੰ ਮੇਰੇ ਇਸ ਘਰੋਂ ਕੱਢੇ। ਬਸ ਕਰ, ਸਹਿ ਤੇਰੀ ਬਕ ਬਕ ਸੁਣ ਲਈ ਹੈ, ਹੁਣ ਇੱਕ ਲਫ਼ਜ਼ ਵੀ ਨਾ ਬੋਲੀ। ਤੂੰ ਵੀ ਆਪਣੀ ਬਕਵਾਸ ਬੰਦ ਕਰ। ਤੂੰ ਮੈਨੂੰ ਕਹਿ ਰਹੀ ਕਿ ਮੈਂ ਬਕਵਾਸ ਬੰਦ ਕਰਾਂ? ਤੇਰੀ ਇਤਨੀ ਜ਼ੁਰਅਤ, ਤੂੰ ਚਾਟ ਮਾਰ ਗਿਆ। ਬਸ ਕਰ ਸਾਰਾ, ਤੇਰੀ ਇਤਨੀ ਜ਼ੁਰਅਤ ਤੋਂ ਹੈ ਮੇਰੀ ਭੈਣ ਨੂੰ ਚਾਟ ਮਾਰੀ ਹੈ। ਨਿਕਲ ਜਾ ਇਸ ਘਰ ਚੋਂ, ਤੇਰਾ ਇਸ ਘਰ ਚ ਕੋਈ ਹੱਕ ਨਹੀਂ ਬਣਦਾ। ਮੈਂ ਕੋ ਨਹੀਂ ਜਾਣਾ ਇਸ ਘਰ, ਇਹ ਮੇਰਾ ਆਪਣਾ ਘਰ ਹੈ, ਮੈਂ ਕੋ ਨਹੀਂ ਜਾਣਾ। ਤੋ ਇੱਥੇ ਹੁਣ ਰਹਿਣਾ ਵੀ ਕੋਈ ਨਹੀਂ, ਤੇਰਾ ਉਹ ਘਰ ਹੈ, ਤੂੰ ਥਈਆਂ ਹੀ ਰਸ ਹੈ। ਮੈਂ ਨਹੀਂ ਯਾਦ ਕਰਦੀ ਹੈ। ਮੁਕੱਛਰ ਬਸ ਕਰ। ਅੱਬਾ ਜੀ ਤੁਸੀਂ ਵੀ ਬਸ ਕਰੋ, ਇਹਦੀ ਇਤਨੀ ਜ਼ੁਰਅਤ ਉਤੋਂ ਛੋੜ ਦੇ, ਤੈਨੂੰ ਮੈਂ ਪਿਆ ਨਾ ਉਤੋਂ ਉੱਠੀ। ਕੀ ਹੋਇਆ ਤੈਨ? ਅੱਬਾ ਜੀ ਇਸ ਮੇਰੀ ਅੱਖੀ ਦੇ ਸਾਹਮਣੇ ਮੇਰੀ ਭੈਣ ਦੇ ਮੂੰਹ ਤੇ ਚਾਟ ਮਾਰੀ ਹੈ, ਇਹ ਇਤਨੀ ਵੱਧ ਗਈ ਹੋਈ ਹੈ, ਇਹਦਾ ਇਸ ਗਾਰੇ ਰਹਿਣ ਦਾ ਕੋਈ ਹੱਕ ਨਹੀਂ। ਚੱਲ ਨੀਚੇ ਦੱਸੋ, ਮਾਰਨ ਦਾ ਵੀ ਕੋਈ ਹੱਕ ਨਹੀਂ ਤੈਨੂੰ। ਭਾਈ ਇਹ ਕੀ ਕਰਦੇ ਪਏ ਹੋ? ਕਿਉਂ ਉਸ ਮਾਸੂਮ ਨੂੰ ਮਾਰਦੇ ਪਏ ਹੋ? ਤੇ ਉਹਨੂੰ ਕੋਈ ਨਹੀਂ ਸ਼ਰਮ ਆਉਂਦਾ ਜਿਸਲੇ ਉੱਥੇ ਮੇਰੀ ਭੈਣ ਨੂੰ ਕੁੱਟੇਂਦਾ? ਇਹਦੇ ਵਿੱਚ ਕੋਈ ਨਹੀਂ ਸ਼ਰਮ ਆਇਆ? ਬਈ ਮੇਰੇ ਕੋਲ ਖਲੋਤਿਆ ਮੇਰੀ ਭੈਣ ਤੇ ਹੱਥ ਚ ਆਇਆ ਇਸੂ। ਤੂੰ ਜੋ ਉਹਨੂੰ ਮਾਰਦਾ ਪਿਆ ਉਹਦੀ ਹੱਡੀ ਪਸਲੀ ਬਾਜ ਗਈ ਤੇ ਮੋੜ ਕਿਹੜੇ ਵਚੇ ਨਾਲ ਸੇ? ਕੋਈ ਨਹੀਂ, ਮਾਰ ਤੇ ਮਗਰੂ ਲਾਇਆ ਜਾਵਣਾ ਇਸੂ। ਨਾਲੇ ਤੇਰੀ ਭੈਣ ਵੀ ਵੱਟੇ ਚੋਦੇ ਬੈਠੀ ਨਹੀਂ, ਉਹਨੇ ਨਾਲ ਕੋਈ ਨਫਾ ਘਾਟਾ ਕਰ ਛੱਡਣ ਦਾ ਮੋੜ ਭਲਾ ਕੀ ਹੋਸੀ? ਰਿਮਸ਼ਾ ਕੁਝ ਨਾ ਤੂੰ ਵੀ ਹੱਥ ਹੌਲਾ ਰੱਖਿਆ ਕਰ, ਘਰ ਦੇ ਵਿੱਚ ਜਦੋਂ ਵੀ ਕੜਕਾਰ ਪਾਉਂਦਾ ਤੇਰੀ ਵਜ੍ਹਾ ਤੋਂ ਪਾਉਂਦਾ ਹੈ। ਨਾਦੀਆ ਬਸ ਕਰ, ਤੈਨੂੰ ਤਾਂ ਪਤਾ ਨਹੀਂ ਮੇਰੇ ਨਾਲ ਮਸਲਾ ਕੀ ਹੈ, ਮੇਰੇ ਹਰ ਮਾਮਲੇ 'ਚ ਟੰਗ ਅੜਾਉਣੀ ਹੈ ਤੂੰ। ਤੂੰ ਅਜੇ ਵੱਟੇ 'ਚ ਨਹੀਂ ਨਾ, ਵੱਟੇ 'ਚ ਤੇ ਇਹ ਨਾ ਮੇਰੀ ਭੈਣ ਉੱਥੇ ਬਰਦਾਸ਼ਤ ਕਰੇ ਇਹਨਾਂ ਦਾ ਜ਼ੁਲਮ, ਭੁੱਕੀ ਤ੍ਰਿਸੀ ਬੈਠੀ ਰਵੇ ਤੇ ਅਸੀਂ ਚੁੱਪ ਚਾਪ ਤਮਾਸ਼ਾ ਵੇਖੀਏ? ਤੂੰ ਕੀ ਚਾਹਨੀ ਅਸੀਂ ਚੁੱਪ ਚਾਪ ਕਰਕੇ ਤਮਾਸ਼ਾ ਵੇਖੀਏ, ਵੇਖ ਕੇ ਕਿ ਸਾਡੀ ਭੈਣ ਜਿਹੜਾ ਜ਼ੁਲਮ ਹੋ ਰਿਹਾ ਉਹ ਬਰਦਾਸ਼ਤ ਕਰਕੇ ਅਸੀਂ ਵੀ ਬਰਦਾਸ਼ਤ ਕਰ ਲਵੇ? ਜਦੋਂ ਤੂੰ ਆਉਂਦੀ ਨਾ ਵੱਟੇ ਤੇ ਤੈਨੂੰ ਸੁਰ ਲੱਗ ਜਾਂਦੀ। ਬਸ ਕਰੋ,
तू लग गए पिछे हट खबरदार जेनू हाथ लाया थे तेनू तो हया ही नहीं है बिल्कुल तेरी गल सुन तेरी बहन भी उत्थे वटे थे जे इन इंज गलेगा ना तो ओदा भी यही हाल करके भेजेंगे तू इत रख खबरदार उधर लत रखी है अब्बा जी मोड़े ला के मेरी अखी दूर हो जा लै जाना लै जाना इनू घरों कढ़ो आ जा मेरी दी अबू जी मैं ਤੁਹਾਡੇ ਨਾਲ ਇੱਕ ਗੱਲ ਕਰਨੀ ਆਈ ਹੁਕਮ ਕਰੋ ਕੀ ਕਰਨਾ ਚਾਹਨੀ ਆ ਕੀ ਦੱਸਣਾ ਪੁੱਛਣਾ ਅਬੂ ਜੀ ਭਰਜਾਈ ਕੋ ਨਹੀਂ ਵਦੀ ਤੇ ਵਿਰਾ ਵੀ ਕੋ ਨਹੀਂ ਵਦਾ ਹਾਂਜੀ ਗੱਲ ਇਹ ਹੈ ਭਈ ਅਬੂ ਜੀ ਤੁਸੀਂ ਘਰ ਵਦੇ ਰਹੋ ਨਾ ਤੇ ਅੰਮਾ ਨਾਉਂਦਾ ਤੇ ਸਕੂਨ ਹੁੰਦਾ ਹੈ ਜੇ ਟਮ ਤੁਸੀਂ ਘਰੋਂ ਨਿਕਲਵਾਂਦੇ ਹੋ ਨਾ ਤੇ ਇਤਨਾ ਕੋਈ ਰੋਲਾ ਤੇ ਫਸਾਦ ਪੈਂਦੇ ਨਾ ਸਵਾਣੀ ਮਹਾਰਾਜ ਤੇ ਮੈਂ ਤਾਂ ਕੰਨਾਂ ਨੂੰ ਹੱਥ ਚਲੇ ਨਹੀਂ ਆ ਵਜ੍ਹਾ ਕੀ ਹੈ ਜੀ ਵਜ੍ਹਾ ਅਬੂ ਇਹ ਹੈ ਭਈ ਕਿ ਉਹਦੇ ਪੇਕਿਆਂ ਦੀ ਰੂਹ ਆ ਜਾਂਦੀ ਹੁੰਦੀ ਭੈਣ ਰਿਮਸ਼ਾ ਤੇ ਉਹਦੇ ਕੋ ਰੋਣ ਲੱਗ ਜਾਂਦੀ ਢਿਲਕਣ ਲੱਗ ਜਾਂਦੀ ਏ तैयार हो गया मैं बिरा दे पैरां ते डह पई मेरा बिरा नु ना काट घरों ठीक है जमदेन ना मैं उन्हां नाल गल करदा उन्हां तू पुछदा दसदा बे तुसी इस तरह क्यों करदे पए हो अबू जी तुसी बारा नु नाल गल करो ठीक है जमदेन ते मैं उन्हां नाल अज करदा ਉਹਨਾਂ ਨੂੰ ਸਮਝਾਈਨੇ ਆ ਵਿਰੋਧ ਰੋਜ਼ ਰੋਜ਼ ਦੀ ਕਹੀਆਂ ਲੜਾਈਆਂ ਪਾਈ ਰੱਖਦੇ ਨੇ ਘਰ ਸਰਕਾਰ ਗੱਤੀ ਰੱਖਦੇ ਛੋਰੇ ਹੋ ਰਾਵੇ ਨਾ ਇਹ ਦੱਸੋ ਵੀ ਅੱਜ ਕੀ ਰੋਲਾ ਤੁਹਾਨੂੰ ਮੋੜ ਚਾਚੂ ਜੀ ਕੁਝ ਵੀ ਨਹੀਂ ਬਸ ਘਰ ਦਾ ਛੋਟਾ ਜਿਹਾ ਮਾਮਲਾ ਹੈ ਸਰ ਆਪਣਾ ਮੀਆਂ ਬੀਵੀ ਦਾ ਮਸਲਾ ਸਾਂ ਖੁਦ ਹੀ ਹੱਲ ਕਰ ਗਏ ਸੋ ਤੁਸੀਂ ਪਰੇਸ਼ਾਨ ਨਾ ਹੋਵੋ ਪੁੱਤਰ ਛੇਰ ਦੱਸਦੀ ਪਈ ਆ ਬਤੇ ਨੂੰ ਅੱਜ ਮਾਰ ਲਿਆਈ ਸੂ ਤੇ ਤੂੰ ਬਿਆ ਨਹੀਂ ਬੇ ਛੋਟਾ ਮਸਲਾ ਛੋਟੇ ਮੋਟੇ ਮਸਾਇਲ ਆਏ ਨੇ ਅਸੀਂ ਆਪਣੇ ਹੱਲ ਕਰ ਲੈਨੇ ਲੇਕਿਨ ਮੇਰਾ ਵੀ ਤਾਂ ਹੱਕ ਬਣਦਾ ਹੈ ਨਾ ਪੁੱਛਣਾ ਚਾਚੂ ਜੀ ਦੱਸੋ ਸਾਡੇ ਵੱਡੇ ਵੀ ਤੁਹਾਡਾ ਹੱਕ ਬਣਦਾ ਹੈ ਪੁੱਛਣਾ ਲੇਕਿਨ ਮੈਂ ਤਾਂ ਕਦੇ ਨਦੀਮ ਨਾਲ ਕੋਈ ਮੈਂ ਐਸਾ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਲਾ ਮੈਂ ਕਦੇ ਆਪਣੇ ਅੰਮੀ ਅੱਬੂ ਨਾਲ ਜਾਂ ਆਪਣੇ ਭਰਾਵਾਂ ਨਾਲ ਕੋਈ ਮੈਂ ਐਸੀ ਗੱਲ ਨਹੀਂ ਕੀਤੀ ਲੇਕਿਨ ਪਤਾ ਨਹੀਂ ਨਦੀਮ ਨੂੰ ਐਸਾ ਕੀ ਮਸਲਾ ਹੈ ਤੇ ਕੋਈ ਨਹੀਂ ਜੋ ਵੀ ਹੈ ਮੈਂ ਨਿਭਾ ਕਰ ਗਿਆ ਸਾਂ ਤੁਸੀਂ ਮੇਰੀ ਤਰਫੋਂ ਪਰੇਸ਼ਾਨ ਨਾ ਹੋਵੋ ਚਾਚੂ ਜੀ ਪੁੱਤਰ ਠੀਕ ਹੈ ਤੂੰ ਤਾਂ ਸਬਰ ਕਰਕੇ ਬਣੀ ਹੈ ਲੇਕਿਨ ਅਵਾਰਡ ਗਵਾਰਡ ਜਿਹੜਾ ਹੈ ਜਿਹੜੀ ਇਹ ਹਰ ਵੇਲੇ ਦੇ ਹਾਲਾਤ ਖਰਾਬ ਹੁੰਦੇ ਜਾਂ ਤੈਨੂੰ ਮਰਿੰਦਾ ਕੁੱਟੇਂਦਾ ਇਹ ਵੀ ਤਾਂ ਅਗਾ ਜਾ ਕੇ ਕੋਈ ਦੱਸ ਸਕਦਾ ਹੈ ਨਾ ਜਦੋਂ ਇਹ ਅਵਾਰਡ ਗਵਾਰਡ ਦੱਸਣਾ ਉਦੋਂ ਸਾਡੇ ਹਾਲਾਤ ਖਰਾਬ ਹੋ ਜਾਣੇ ਤੂੰ ਤਾਂ ਚਲੋ ਸਬਰ ਕਰਕੇ ਬਣੀ ਹੈ परेशानियां परेशानियां बस गल के अज मेरे घर चंगा भला कड़कार पिया मेरा पुत्र सारा नु घरों कढ़ो से मैं क्या तू ना जा एवं होर कोई रौला पै जा सी मेरी धी भी उत्थे बैठी है तो मैं सारा धी नु आप लैके आ गया हूँ ये दसो बे बच्ची जितों मेरे बूहे ते लैन दा मेरा नक वड्डण कौन हूँ इस तू अगा हाल की करना तू वसेब चाहना उजाड़े चाहना तलाक लेना चाहते हो करना की चाहते हो नहीं 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 भरा मेरा कोई ऐसा इरादा नहीं तो मैं नहीं चाहता कि मेरी धी भी उजड़ के घर आ जाए वो तो हूं यदा हाल तो ही अगू निकलता पे ना तोड़ बूहे ते जो छड़ी जाना तो आखिर मेरी तो बच्ची है ना मेरी भी धी है वो मैं भी धी बना के कैडे शौकों नाल असी वटा कराया सी पर मैं के पता सी वो तो इवें गल हूँ कुछ बंदे तेनू आखसन ते कुछ मैनू आखसन पे बिराव दी कबर ही फुट दियां पईयां मैं हाथ जोड़ना हूँ मैं तेरे हथां वेखा या अपनी बच्ची आलू वेखा मेरी भी बच्ची इत्थे वे ते मुड़ ना ही छड़नी उत्थे ही सद्दे चा मैनू तां क्या बतरिए नू कुछ समझा जा तू मेरे अखे नहीं लगदा पिया लड़ाई पिया करदे सन आपस विच मार कुटाई कर रहे सन ਉਹਨੂੰ ਕੋਈ ਲੱਗ ਜਾਂਦੀ ਜ਼ਖਮ ਆ ਜਾਂਦਾ ਤੇ ਫਿਰ ਕੀ ਹੋਣਾ ਸੀ ਇਨਸਾਨ ਬਿਰਾ ਇੰਜ ਹੈ ਕਿ ਮਰ ਜਾਂਦੀ ਕਉਥਈ ਤੂੰ ਮੇਰੇ ਆ ਸੁਨੇਹਾ ਗੱਲ ਦੇਵੇਂ ਆ ਤੂੰ ਕਿਸੇ ਬੰਦੇ ਨੂੰ ਗੱਲੇ ਆ ਬ ਤੇਰੀ ਬੱਚੀ ਨਾਲ ਆ ਮੇਰਾ ਪੁੱਤ ਜ਼ੁਲਮ ਪਿਆ ਕਰਦਾ ਇਹਦਾ ਹੁਣ ਕੀ ਹਾਲ ਕਰਨਾ ਮੈਂ ਉਥਈ ਆਣ ਕੇ ਉਹਨੂੰ ਕੁੰਝ ਲਵਾਂ ਇਹ ਤਾਂ ਤਰੀਕੇਕਾਰ ਕੋਈ ਨਹੀਂ ਨਾ ਬ ਮੇਰੇ ਬੂਹੇ ਤੇ ਮੇਰਾ ਨੱਕ ਵੱਢਣ ਕਰ ਛੱਡੀ ਜਾਂਦਾ ਠੀਕ ਹੈ ਬਿਰਾ ਤੂੰ ਸੱਚ ਹੈ ਮੈਂ ਕੂੜਾ
बस अगर कम बधाना नहीं चाहता मैं सियासत नू लाया इत तू हफ्ता दस दिन इतने रख मैं अपनी बच्ची नू ला देना बार हो जाएगी आपस मैं नहीं चाहता कि गंद बने ठीक है ईशान बिरा तू बच्ची मेरी नबूआ च लै आंदा लेकिन मैं अपनी नूह बिल्कुल कतई नहीं गलनी ओदी जिम्मेवारी नरमी गर्मी खुशी गमी मेरे ही है उस जावन होया पेक्या नू मिलन वास्ते तबा दे हो उसी तुहाडे नाल अज मैं नहीं भेजनी अज ओदा वट्टा बनदा इस तरह तुसा मार कोट के छड्डी जांदे हो मैं गल्ला ते मैं भी बेपीवा सदीना अबू जी किंदे अगे गल पे करदे ते इन्ना दे दिल पत्थर ने ते है नहीं बोतो तुसी अपनी शराफत वे रवे ते अपनी दीन ना तुसी वेके अपनी दी दा हाल वेखो की है तुहाडी दी दा हाल मैं तुहाने के गल दसा ते तुसी हैरान होवणा केड़ा जुलम इंदा पुत्तर मेरे ना करदा भुखिया रखदा तसिया रखदा मार कुटाई अपनी दी दे कपड़े वेखो ते अपनी नूह दे कपड़े वेखो एक बारी अबू जी अंजान दियो नदीम बिरा सी क्यों वे सी क्या के मेरी बहन मार कुटी के मेरे घर आई वदी तो ये दिनल विकर सी क्या ने एक बारी तुसी जान दो ना दो घर उजाड़ो इंदी भी जिंदगी ना खराब करो ना मेरी करो ठीक है ईशान बिरा ए मेरी अमानत है तू ले जा ते दो चाहुंदे ते मैं आप उस मैं अपनी नूह नु लाया उस ओ बच्ची भी थोड़ी अपनी ओ थोड़ी अमानत इत्थे मेरे को रासी ਜਿਸ ਹਾਲਾਤ ਸਹੀ ਹੋ ਜਾਂਦੇ ਉਸ ਵੇਲੇ ਆਣ ਕੇ ਤੂੰ ਲੈ ਜਾਵੀ ਭਲਾ ਹੋਵੇ ਯਾਕੂਬ ਬਿਰਾ ਬਹੁਤ ਵੱਡੀ ਨੇਕੀ ਕੀਤੀ ਹੈ ਤੂੰ ਅਤੇ ਨਾਲੇ ਨਦੀਮ ਨੂੰ ਨਾ ਦੱਸੀ ਇਸਦਾ ਉਸਨੂੰ ਕਈ ਵੈਸੇ ਮਿਲਣ ਗਈ ਹੈ ਠੀਕ ਹੈ ਮੈਨੂੰ ਇਜਾਜ਼ਤ ਹੈ ਹੁਣ ਠੀਕ ਹੈ ਲੈ ਜਾ ਬੱਚੇ ਨੂੰ ਤੂੰ ਆ ਮੇਰੀ ਜੀ ਆ ਜਾ ਅਬੂ ਜੀ ਉਹ ਵੇਖੇ ਨਾ ਨਦੀਮ ਬਿਰਾ ਵੀ ਆ ਗਏ ਵੀ ਗਲਾ ਟਾਈਮ ਤੇ ਆਇਆ ਹੈ ਖੈਰ ਹੈ ਕੀ ਹੋ ਸੀ ਗਿਆ ਖੈਰ ਹੈ ਕੁਝ ਨਹੀਂ ਅੱਗੇ ਨਦੀਮ ਬਿਰਾ ਘਰੇ ਨਹੀਂ ਹੁੰਦਾ ਮੈਂ ਬੈਠਾ ਨਹੀਂ ਮੇਰੇ ਤੋਂ ਵੱਧ ਕੇ ਕਦਮ ਉਠਾਉਣਾ ਸੀ ਅਬੂ ਜੀ ਇਸ ਟਾਈਮ ਤੇ ਨਹੀਂ ਆਉਣਾ ਚਾਹੀਦਾ ਭਾਬੀ ਵਗ ਵੈਂਦੀ ਬੇਸ਼ੱਕ ਮੁੜ ਆ ਵੈਂਦਾ ਕੁਝ ਵੀ ਨਹੀਂ ਹੁੰਦਾ ਆਵੇਂ ਪੈ ਚੰਗੇ ਨੂੰ ਬੇਤਾਰੇ ਦੋਵਾਂ ਘਰਾਂ ਦੀਆਂ ਗੱਲਾਂ ਸੁਣ ਲਈ ਸਾਂ ਚਾਚਾ ਜੀ ਤੇ ਤੁਸੀਂ ਕੁਛ ਕਿਹਦੇ ਲੈ ਕੇ ਜਾਂਦੇ ਪਏ ਹੋ ਤੇ ਸਾਰਿਆਂ ਨੂੰ ਇੱਥੇ ਛੱਡੀ ਜਾਂਦੇ ਹੋ ਖੈਰ ਤਾਂ ਹੈ ਕੋਈ ਮਸਲਾ ਤਾਂ ਨਹੀਂ ਬਣ ਗਿਆ ਮਸਲਾ ਕੋਈ ਨਹੀਂ ਉਹਨਾਂ ਬੱਚੀ ਲੈਣ ਦੀ ਸਾਡੀ ਆਪਣੇ ਆ ਤੇ ਉਹਨਾਂ ਆਖਿਆ ਵੀ ਇਹ ਦੋ ਦੀਵਾਰ ਇੱਥੇ ਰਹਿ ਲਵੇ ਤੇ ਮੈਂ ਦੋ ਦੀਵਾਰ ਆਪਣੀ ਬੱਚੀ ਨੂੰ ਲੈ ਜਾਂਦਾ ਤੇ ਇਹ ਦੋ ਦੀਵਾਰ ਉੱਥੇ ਰਹਿ ਲੈ ਸੀ ਖੁਸ਼ੀ ਖਰਮ ਨਾਲ ਜਾਂਦੇ ਪਏ ਨੂੰ ਅੱਬਾ ਜੀ ਤੁਸੀਂ ਤੁਹਾਨੂੰ ਪਤਾ ਨਹੀਂ ਦੋ ਦਿਨਾਂ ਬਾਅਦ ਮੇਰੇ ਦੋਸਤ ਦੀ ਸ਼ਾਦੀ ਹੈ ਅਸਾਂ ਉੱਥੇ ਜਾਣਾ ਉਹਨਾਂ ਇਨਵਾਈਟ ਕੀਤਾ ਹੋਇਆ ਸਾਨੂੰ ਅਸਾਂ ਤਾਂ ਬੜਾ ਚਾਹਵਾਂ ਨਾਲ ਉੱਥੇ ਜਾਣਾ ਤੇ ਤੁਸੀਂ ਇਹਨੂੰ ਕਿਹਦੇ ਗਲਦੇ ਪਏ ਹੋ ਇਹ ਥਈਆਂ ਰਵੇ ਬਈ ਤੇ ਮੈਂ ਆਪ ਛੱਡ ਕੇ ਅਫਸਾਂਗਾ ਕੋਈ ਮਸਲਾ ਨਹੀਂ ਦੋ ਦਿਨ ਸ਼ਾਦੀ ਬਿਤਾ ਕੇ ਨਾ ਹੁਣ ਮੈਂ ਛੱਡ ਲਈ ਸਾਂਗਾ ਅਬੂ ਜੀ ਨਦੀਮ ਹੋਣੀ ਬਿਲਕੁਲ ਸਹੀ ਆਦੇ ਪੈਣ ਉਹਨਾਂ ਦੀ ਦੋਸਤ ਦੀ ਸ਼ਾਦੀ ਉਹਨਾਂ ਮੈਂ ਦੱਸ ਆਈ ਲੇਕਿਨ ਮੈਂ ਤੁਹਾਨੂੰ ਦੱਸ ਨਹੀਂ ਸਕੀ ਮੈਂ ਭੁੱਲ ਗਈ ਹਾਂ ਤੇ ਉਹ ਸਹੀ ਆਦੇ ਪੈਣ ਮੈਨੂੰ ਕੁਝ ਦਿਨਾਂ ਬਾਅਦ ਖੁਦ ਹੀ ਛੋੜ ਵੇ ਸਨ ਠੀਕ ਹੈ ਯਾਕੂਬ ਮੈਂ ਫਿਰ ਚੱਲਣਾ ਤੇ ਤੂੰ ਧਿਆਨ ਰੱਖੀ ਮੇਰੀ ਧੀ ਦਾ ਠੀਕ ਹੈ ਇਨਸ਼ਾ ਅੱਲਾ ਵਿਕਸਾ ਹੈ ਤੁਹਾਡੇ ਵੱਲ ਇਜਾਜ਼ਤ ਹੈ ਮੈਨੂੰ ਫਿਰ ਠੀਕ ਹੈ ਜੀ ਅੱਛਾ ਧੀਏ ਅੱਛਾ ਮੇਰੀ ਜੀਓ ਅੱਛਾ ਨਦੀਮ ਅਬੂ ਜੀ ਜੀ ਖੁਸ਼ੀ ਤੇ ਮੈਂ ਜਾਂਦੇ ਪਏ ਬਾਜ਼ਾਰ ਅਸਾਂ ਕਰਨੀ ਸ਼ੋਪਿੰਗ ਅਸੀਂ ਮੈਂ ਸ਼ੋਪਿੰਗ ਕੀਤੀ ਆਵੀਏ ਨਦੀਮ ਹੁਣ ਟਾਈਮ ਤਾਂ ਕੋਈ ਨਹੀਂ ਮੌਸਮ ਹੀ ਖਰਾਬ ਹੈ ਮੁੜ ਕਿਸ ਟਾਈਮ ਤੁਸੀਂ ਜਾਣਾ ਬਾਜ਼ਾਰ ਵਿੱਚ ਅੱਬਾ ਜੀ ਸਾਰੀ ਰਾਤ ਖੁੱਲੀਆਂ ਰਹਿੰਦੀਆਂ ਦੁਕਾਨਾਂ ਠੀਕ ਹੈ ਪੁੱਤਰ ਮੁੜੇ ਨਾ ਕਿਹਾ ਪਰ ਨਾ ਪਿਆ ਕਰਦਾ ਕਰ ਆਓ ਸ਼ੋਪਿੰਗ ਤੁਹਾਡੇ ਦੋਸਤ ਦੀ ਸ਼ਾਦੀ ਹੈ ਤੁਸੀਂ ਕਰ ਆਓ ਸ਼ੋਪਿੰਗ ਚਲੋ ਠੀਕ ਹੈ ਆਓ ਬਾਜ਼ਾਰ ਜੇ ਤੂੰ ਇੱਥੇ ਬਲਾ ਛੋੜੇ ਬਾਜ਼ਾਰ ਹੀ ਵਗ ਜਾਂਦੇ ਖੁਸ਼ੀ ਲੇਕਿਨ ਉਹ ਵੇਲਾ ਉਹ ਵਕਤ
ਜਿਹੜੇ ਇੱਥੇ ਬਹਿ ਕੇ ਮਿਲਦੇ ਆ ਸੇ ਯਾਦਾਂ ਉਹ ਦੁਬਾਰਾ ਨਹੀਂ ਆ ਸਕਦੀਆਂ। ਹੱਥੋਂ ਨਿਕਲਿਆ ਵੇਲਾ ਵਾਪਸ ਨਹੀਂ ਆਉਂਦਾ। ਸੋਨੇ ਦੇ ਦੁਰਮਾਇਆ ਤੇ ਭੋਏ ਤੇਰੇ ਲਾਇਕ ਦੀ ਨਹੀਂ ਮੇਰੀ ਅੱਖੀ ਉੱਤੇ ਟੁਰ ਮਾਇਆ। ਤੂੰ ਸੋਹਣਾ ਤੇ ਸੋਹਣੀ ਤੇਰੀ ਟੋਰ, ਤੂੰ ਸੋਹਣਾ ਤੇ ਸੋਹਣੀ ਤੇਰੀ ਟੋਰ, ਮਾਇਆਰੀ ਸਿਖਰੇ ਜਦੋਂ ਵੀ ਘਰ ਛੋਟੀ ਮੋਟੀ ਗੱਲ ਹੋ ਜਾਂਦੀ ਮੈਂ ਕਦੀ ਕੋਈ ਗੱਲ ਨਹੀਂ ਕੀਤੀ, ਲੇਕਿਨ ਅੱਜ ਮੈਨੂੰ ਇੱਕ ਗੱਲ ਤੂੰ ਦੱਸ ਵੀ ਤੂੰ ਕਿਉਂ ਜਾਂਦੀ ਪਈ ਆ ਆਪਣੇ ਘਰ ਤੇ ਸਾਰਾ ਕਿਉਂ ਮੇਰੇ ਘਰ ਆ ਕੇ ਬੈਠੀ ਆ, ਮੈਨੂੰ ਉਹ ਗੱਲ ਦੱਸ, ਸੱਚੀ ਸੱਚੀ ਦੱਸੀ ਮੈਨੂੰ ਕੀ ਵਜ੍ਹਾ। ਨਦੀਮ ਤੈਨੂੰ ਪਤਾ ਨਾ ਮੈਂ ਤੇਰੇ ਕੋਲ ਕਦੇ ਕੋਈ ਗੱਲ ਨਹੀਂ ਛੁਪਾਈ। ਉਹ ਇਸੇ ਵਾਸਤੇ ਤਾਂ ਪੁੱਛ ਰਿਹਾ ਨਾ, ਮੈਨੂੰ ਦੱਸ ਕੀ ਵਜ੍ਹਾ। ਨਦੀਮ ਤੁਸੀਂ ਇੰਨਾ ਮਜਬੂਰ ਕਰਦੇ ਪਏ ਮੈਂ ਤੁਹਾਨੂੰ ਦੱਸ ਹੀ ਛੁੜੇਨੀ ਆ। ਮੈਂ ਅੱਬੂ ਹੁਣੀ ਆ ਕੇ ਮਜਬੂਰ ਹੋ ਕੇ ਮੈਂ ਘਰ ਜਾਂਦੀ ਪਈ, ਮੈਂ ਆਪਣੀ ਖੁਸ਼ੀ ਤੋਂ ਨਾ ਜਾਂਦੀ ਪਈ, ਮੇਰਾ ਜ਼ਰਾ ਵੀ ਦਿਲ ਕਹਿਣਾ ਹੀ ਵੰਜਣ 'ਤੇ। ਅਸਲ 'ਚ ਗੱਲ ਇਹ ਹੈ ਕਿ ਜਿਹੜਾ ਮੇਰਾ ਵਿਆਹ ਮੁਬਸ਼ਿਰ ਹੈ ਨਾ, ਉਹ ਤੇਰੀ ਭੈਣ ਨਾਲ ਕੋਈ ਲੜਾਈ ਉਹਨਾਂ ਦੀ ਥਈ ਹੈ, ਉਹਨੂੰ ਮਾਰਾ ਸੀ ਅਤੇ ਉਹ ਰੁਸ ਕੇ ਆ ਗਈ ਹੈ ਅਤੇ ਅੱਬੂ ਹੁਣ ਮੈਂ ਨਹੀਂ ਰੁਸਾ ਕੇ ਗਿੱਧੀ ਵਹਿੰਦੇ ਹਾਂ। ਅੱਛਾ, ਇਹ ਗੱਲ ਹੀ ਕੋਈ ਨਹੀਂ ਵੀ ਮੇਰੀ ਭੈਣ ਨੂੰ ਮੁਬਸ਼ਿਰ ਮਾਰਿਆ ਹੈ ਅਤੇ ਉਹ ਮਰੀ ਕੁਟੀ ਕੇ ਮੇਰੇ ਘਰ ਆ ਬੈਠੀ ਹੈ ਅਤੇ ਤੂੰ ਜਾਂਦੀ ਪਈ ਹੈ ਆਪਣੇ ਘਰ, ਤੇਰੇ ਵਾਸਤੇ ਗੱਲ ਨਹੀਂ ਕੋਈ ਨਹੀਂ। ਉਹ ਖੁਸ਼ੀ ਤੂੰ ਮੇਰੇ ਤੋਂ ਗੱਲ ਹਰ ਅੱਗੇ ਵੀ ਲੁਕਾਈ ਹੈ, ਕੋਈ ਗੱਲ ਕਿਉਂ ਲੁਕਾਈ ਹੈ ਮੇਰੇ ਤੋਂ ਗੱਲ, ਏਡੀ ਵੱਡੀ ਗੱਲ ਹੈ, ਤੂੰ ਤਾਂ ਪਿਆਣੀ ਹੋਇਆ ਹੀ ਕੁਛ ਨਹੀਂ। ਨਦੀਮ ਮੇਰੀ ਗੱਲ ਸੁਣ। ਕੀ ਤੇਰੀ ਗੱਲ ਸੁਣਾ ਮੈਂ, ਤੈਨੂੰ ਮੇਰੀ ਜ਼ਾਤ 'ਤੇ ਯਕੀਨ ਨਹੀਂ? ਮੈਂ ਯਕੀਨ ਹੋਇਆ ਬੈਠਾ ਮੈਂ ਆਪਣੀ, ਤੂੰ ਦੱਸੀ ਨਾ ਬੈਠੀ ਮੈਂ ਭੈਣ ਮੇਰੀ ਕੁਟੀ ਕੇ ਘਰ ਆਏ ਬੈਠੀ, ਅਜੇ ਹੋਰ ਕੋਈ ਰਹਿਣੇ ਨੇ। ਮੇਰੀ ਹੌਸਲੇ ਨਾਲ ਗੱਲ ਤਾਂ ਸੁਣ, ਤੈਨੂੰ ਮੇਰੀ ਜ਼ਾਤ 'ਤੇ ਯਕੀਨ ਨਹੀਂ, ਮੈਂ ਅੱਗੇ ਜ਼ਿੰਦਗੀ 'ਚ ਤੇਰੇ ਤੋਂ ਕਦੇ ਕੋਈ ਗੱਲ ਛੁਪਾਈਏ ਅਤੇ ਨਦੀਮ ਤੂੰ ਭੈਣ ਨੂੰ ਵੀ ਕੁਝ ਸਮਝਾ, ਘਰ ਇਵੇਂ ਨਹੀਂ ਵਸਦੇ ਜਿਵੇਂ ਉਹ ਆਦੀ ਹੈ, ਠੀਕ ਹੈ? ਉਹ ਥਾਣ ਕੇ ਕੁਝ ਗੱਲਾਂ ਕਰਦੀ ਹੈ, ਘਰ ਕੁਝ ਕਰਦੀ ਹੈ, ਅੱਲਾਹ ਬਿਹਤਰ ਜਾਣਦਾ ਕਿ ਭਾਈ ਮੁਬਸ਼ਿਰ ਅਤੇ ਉਹਦੇ ਦਰਮਿਆਨ ਕਿਆ ਚੱਲਦਾ ਪਈ ਹੈ, ਇਹਦੇ 'ਚ ਮੇਰਾ ਤਾਂ ਕੋਈ ਕਸੂਰ ਨਹੀਂ ਨਾ, ਉਹਦੀ ਵਜ੍ਹਾ ਤੋਂ ਮੇਰਾ ਘਰ ਹੀ ਖਰਾਬ ਹੋ ਜਾ ਸੀ, ਉਹਦਾ ਵੀ ਹੋ ਜਾ ਸੀ। ਚੱਲੇ ਨਾ ਮੇਰੇ ਨਾਲ, ਮੈਂ ਜਾਣਾ ਮੁਬਸ਼ਿਰ ਕਿਵੇਂ ਮਾਰਿਆ ਮੇਰੀ ਭੈਣ ਨੂੰ, ਪਹਿਲਾਂ ਤਾਂ ਮੈਂ ਉਹਦੇ ਕੋਲ ਜਾ ਪੁੱਛਦਾ ਨਾ ਵੀ ਕਿਉਂ ਇਹ ਮਾਰਿਆ ਇਸ ਨੂੰ। ਨਦੀਮ ਤੂੰ ਕਿਉਂ ਜਿਹੀਆਂ ਗੱਲਾਂ ਕਰਦਾ ਪਈ ਹੈ, ਗੁੱਸਾ ਹਰਾਮ ਹੈ, ਅਤੇ ਮੈਂ ਤੇਰੀ ਮਿੰਨਤ ਕਰਦੀ ਹਾਂ ਤੁਹਾਡੇ ਨਾਮ ਆਂ ਭਾਈ ਮੁਬਸ਼ਿਰ ਕੋਈ ਗੱਲ ਕਰ ਸੀ ਤੁਸੀਂ ਕਰ ਸੋ ਗੱਲ ਵੱਧ ਵੈਸੀ। ਮੈਂ ਕੋਈ ਹਲਕਾ ਜਿਹੜਾ ਮੈਂ ਵੱਢ ਲੈਣਾ ਉਹਨੂੰ? ਮੇਰੀ ਗੱਲ ਸੁਣ, ਚਾਚੂ ਜੀ ਹੋਣੀ ਹੈਨ, ਅੱਬੂ ਜੀ ਹੋਣੀ ਹੈਨ, ਤੇ ਘਰ ਦੇ ਵੱਡੇ ਗੱਲ ਕਰ ਛੋੜ, ਇਹਨਾਂ ਤਾਂ ਅੱਛਾ ਹੁੰਦਾ ਏ। ਖੁਸ਼ੀ ਮੈਂ ਤੈਨੂੰ ਦੱਸਦਾ ਪਿਆ, ਤੂੰ ਮੇਰੇ ਨਾਲ ਚੱਲ, ਆਣੀ ਕਿ ਕੋਨੂੰ ਆਣਾ? ਨਦੀਮ ਮੇਰੀ ਗੱਲ ਮੰਨ ਜਾ, ਇਹ ਦੇਖ ਅੱਲਾ ਦਾ, ਮੈਂ ਤੇਰੀ ਗੱਲ ਹੁਣ ਨਹੀਂ ਮੰਨਣੀ, ਮੇਰੇ ਨਾਲ ਜਾਣੀ ਕਿ ਕੋਨੂੰ ਜਾਣਾ, ਮੈਂ ਜਾ ਕੇ ਪੁੱਛਣਾ ਮੁਬਸ਼ਿਰ ਤੂੰ। ਚੱਲ ਮੇਰਾ ਵੀਰਾ, ਮੈਨੂੰ ਇਹ ਗੱਲ ਦੱਸੋ, ਮੈਂ ਜੋ ਆਉਂਦਾ ਮਹੀਨੇ ਬਾਅਦ ਛੁੱਟੀ 'ਤੇ ਘਰ, ਜਿਸ ਟਾਈਮ ਹੀ ਆਵਿੰਦਾ ਤੁਹਾਡਾ ਕੜਕਾਰ ਪਿਓ ਜਾਂਦਾ, ਤੇਰੀ ਸਵਾਣੀ ਦਾ ਅਤੇ ਤੇਰਾ, ਅਸੀਂ ਵੀ ਤਾਂ ਦੋਵੇਂ ਸਵਾਣੀ ਮਰੋ ਦਾ ਹੈ, ਅਸੀਂ ਕਦੀ ਬੋਲੇ ਹਾਂ? ਅਤੇ ਮੇਰਾ ਪਿਓ, ਤੂੰ ਇਹਨਾਂ ਨੂੰ ਨਹੀਂ ਸਮਝਾ ਸਕਦਾ, ਜਾਂ ਇਹ ਤੂੰ ਕੰਮ ਚੰਗਾ ਕੀਤਾ ਜਿਹੜਾ ਜਾ ਕੇ ਉੱਥੇ ਤੂੰ ਸਾਰਾ ਨੂੰ ਬਾਹ ਛੋੜਿਆ। ਭਾਈ ਜਾਨ, ਜਿਹੜੀ ਸਾਰਾ ਹੈ ਨਾ, ਇਹਨੂੰ ਤੁਸੀਂ ਨਾ ਘਟਨਾ ਸਮਝੋ, ਇਹ ਬੜੀ ਬਾਲਾ ਤਾਲਣ ਅਤੇ ਚਲਾਕ ਔਰਤ ਹੈ। ਮੈਨੂੰ ਲੱਗਦਾ ਕਿ ਜਾਣ ਬੁੱਝ ਕੇ ਉਸ ਨਹੀਂ ਆਉਣ ਦਿੱਤਾ ਸਾਡੀ ਭੈਣ ਨੂੰ, ਮੈਨੂੰ ਤਾਂ ਲੱਗਦਾ ਕਿ ਉਹਦੀ ਕੋਸ਼ਿਸ਼ ਇਹੀ ਹੋਣੀ ਹੈ ਕਿ ਉਹਨੂੰ ਮਰਵਾਏ ਉੱਥੇ ਕੁਟਵਾਏ। ਮੈਂ ਤਾਂ ਕਹਿੰਦੀ ਕਿ ਤੁਸੀਂ ਲੈ ਆਓ ਖੁਦ, ਉਹਨੂੰ ਉੱਥੇ ਨਾ ਛੱਡੋ। ਮੇਰਾ ਵੀਰਾ ਤੂੰ ਵੀ ਸੁਣ ਲਾ, ਅਤੇ ਅੱਬੂ ਜੀ ਤੁਸੀਂ ਵੀ ਕੰਨ ਖੋਲ੍ਹ ਕੇ ਸੁਣ ਲਿਓ, ਇਹ ਰੰਨ ਹੁਣ ਘਰ ਮੈਂ ਕਾਹੀ ਨੇ ਬਾਵਣੀ ਅਤੇ ਨਾ ਮੈਂ ਕੋਈ ਵਸਾਵਣੀ ਨੇ, ਮੈਨੂੰ ਮਜਬੂਰ ਨਾ ਕਰਿਆ। ਮੁਬਸ਼ਰ ਮੁਬਸ਼ਰ ਕਿਉਂ ਨਾ ਮਜਬੂਰ ਕਰੀਏ, ਵੱਟਾ ਹੋਇਆ ਉੱਥੇ। ਅੱਬੂ ਜੀ ਇਸ ਗੱਲ ਦਾ ਮੈਨੂੰ ਨਹੀਂ ਪਤਾ, ਵੱਟਾ ਹੋਇਆ ਯਕੋ ਜੋ ਹੋਇਆ, ਮੈਂ
वालेकुम सलाम। आ नदीम चाचा जी, की हाल? क्या हाल है? ठीक। की हाल है? बस जी जी रहे मेरी ढी। चोरियो नदीम भरा आया ने, को चाह पानी का कुछ करो। चाचा कोई नहीं लोड, कोई ना तकल्लफ करो, मैं कुछ आप ही मिलने आया, मैं दो गल्ला मुबशर नाल करण आया। हां दास पितरेर हो। मैनू पितरेर ना सद्दी, मैनू तू ए दसो मेरी बहन नु कोट के घरु क्यों कड्डे? बस कर, तुहाडा साडा सांगा मुडू है ही कोई ना, बहन तेरी बूवे ते गई बैठी है ना, ते मेरी बहन साडे बूवे ते आ गई है, ओदे आल तलाक अपड़ जासी ते तू भी तलाक दे छड्डी। मुबशर मेरा प्यो इन मुंह ते दो पहले चाटा मारियो होनिया ना, तेनू पता हो गया आज तलाक दा नाम सुन के रहे हो ना। वसीम बिरा तू मैनू ए दसो, तुसा सवानी मरद दे मामले च कदी मैं टंग अड़ाई है? जेड़ा आज तू मेरे मामले टंग अड़ाई खला। नाले नदीम ते इत्थे नक कोई नी, केड़े नक नाल बैठा, उठ के ते वांदा रहो। ठीक है तुसी इस फैसले ते हो ना, ते मैं उन्हीं से टाइम इनू तलाक दे के इत्थों जासा। ना नदीम, ये तू क्या कर रहे हैं? तेरी जबान नहीं सड़ पे एक तलाक दी गल करन ते, अल्लाह दा वास्ते ये ना कर। तू की चाहनी है? उन्हें मेरे मुंह ते चट्टा मारे, मेरे मुंह ते पोले मारे, ये सारा कुछ तू करावण वाली है। तो ये मैंने जलील कराया इस घर दे विच ला के, ये ते जिम्मेवार तू है। दुआ दे अपने भरा नू लुटे नू जेड़ा तलाक देवांदा पिया तेनू। मेरी गल सुन नदीम, जो तेरा दिल करे तू कर लेवी, पर मैं दो गल्ला अपने बिरा नाल करन दे। अबा जी तुसी साइड ते हो, नहीं तेरा वेख वाह बिरावा वाह, कदे बिरावा ही बहनी दे घर जाणन ते आज मैं बर्बाद कर छड़ी है। कुछ मेरे वाल तो वेख लेंदा कि तेरी बहन भी उस घर है। वाह बिरावा वाह, तेरी इको बहन, मैं उस घर हर गल बर्दाश्त की थी, भोगता हर गल बर्दाश्त की थी, लेकिन मैं कदे तेरे नाल गिला नहीं कीता। बहनी तो आज तक बिरावा ते कुर्बान ही होंदी रह गई, लेकिन ते इस बहन की लाज नहीं रखी, ते मेरे घर दे नहीं देखा, ते इन्हें नहीं देखा कि उन घर च मेरी बहन है। मैं तो कदे तेरे नाल किसी चीज का गिला ना किया, आज कुछ बहन के बारे भी सोच लेना। वाह मेरे अल्लाह, कि उजी नहीं देखना पै गया है, इन्नी उम्र तक मुरादा नाल बिरा मंगिया सी, लेकिन मैं ना पता है कि बिरा मेरे नाल मैं नहीं अजगर ही निकाय सी। या अल्लाह, नन कहते भी मेरे ते तरस नहीं आए, और थोड़ा जिया तरस कर ले बहन दे, मेरा घर तेरी वजह तो उजड़ता भी है। भाई जान की हो गया साढ़े घर नू, केदी नजर लग गई है साढ़े घर नू, तेरा तो आज कलेजा भी नहीं फट रहा कि आज एक बहन तेरे लगे गिड़गिड़ा रही है, मिन्नत कर रही है, तो अपनी बहन का घर अपने हाथों बर्बाद किया, अपने हाथों उजाड़ दिता अपनी बहन नू, बजाय इस दे कि तू उन्हें जाके खैर खबर लेंदा, उनका घर बसेंदा, तू उल्टा उन्हें बर्बाद कर रहे है। क्यों जी आप बिरा है? ठीक है मेरा बिरा, असा बहना है ही तेरे वास्ते कुर्बान होने वास्ते, मेरा बिरा आज तो इंदा घर बर्बाद कीता, तो कल तू मेरा भी घर बर्बाद करेगा। खुशी मैं माफ कर दे, मैं तू बहुत वड्डा गुनाह आ जाऊगा, मैं बहुत शर्मिंदा, अपनी अना अपनी जेदबाजी च अपनी बहन का घर खराब करता पिया। नदीम मैं तेरे अगू हाथ जोड़ना, मैं मंदा मैं तो बहुत वड्डी गलती हो आई, लेकिन मैं नहीं चाहता मेरी बहन का घर खराब होवे या मेरा घर खराब होवे, मैं माफ कर दे मेरा बिरा। जा मेरी बहन तू अपने घर खुश बस, तुसी जाओ मैं सारा नु लैन आना, जा बस कर रोवन दी, और ना शर्मिंदा कर अपने बिरा नु, जा।
अस्सलाम वालेकुम जी, मैं हूँ रिमशा हुसैन। तो कैसे हैं आप सब लोग? उम्मीद करते हैं कि आप सब लोग खैरियत से होंगे। तो जी नाज़रीन, बताइएगा कि आज की हमारी स्टोरी आपको कैसी लगी। देखिए, आपको बताने का मकसद ये था कि लड़ाई झगड़े जो है छोटी मोटी नोक झोंक तो घरों में होती रहती है, लेकिन तो कुछ लोग जज्बाती भी होते हैं, कुछ लोग कंट्रोल कर जाते हैं और कुछ नहीं करते। आज आपने जैसे कि देखा, इन्होंने अपने गुस्से पे कंट्रोल रखा। अगर ये गुस्सा यानी कि कंट्रोल में ना करते तो दोनों घर बर्बाद हो जाते, लेकिन इन्होंने अपने गुस्से को कंट्रोल में रखा। इन्होंने तसल्ली से यानी कि फैसला किया। जब आप अपने गुस्से को कंट्रोल कर लेते तो आपका दिमाग यानी कि फैसला करने के मुताबिक चलता है, जब आप सही फैसला कर सकते हैं। तो मतलब आपको कहने का मकसद ये है कि आप लोग अपने गुस्से पे कंट्रोल किया करें। वो गुस्सा ही किस काम का जो घर के घर उजाड़ दे। सिर्फ आपको दिखाने का मकसद ये था कि लड़ाई झगड़े होते रहते हैं, लेकिन तसल्ली से आप लोग फैसला किया करें। ये फैसला ना किया करें कि घर बर्बाद हो जाए। तो प्लीज आपको दिखाने का मकसद ये था। अगर आपको हमारी ये स्टोरी अच्छी लगी हो तो लाजमी कमेंट में बताइएगा। जितना हो सके मेरी स्टोरीज को लाइक किया करें, जितना हो सके शेयर किया करें। और दूसरा, मैं आपको बताती जाऊंगी, आज आपने देखा एक नया चेहरा हमारी स्टोरी में मौजूद है, उनका नाम खुशी है। माशाल्लाह से उन्होंने जैसे ही आई है, आज पहला दिन था उनका, बहुत अच्छा काम किया, हमें भी उनके साथ काम करने में बहुत मजा आया। तो इनके लिए आपने लाजमी कमेंट करना है कि आपको इनका काम कैसा लगा। उम्मीद करते हैं कि आगे भी ये हमारे साथ काम करती रहेंगी। तो प्लीज जाते जाते बड़ा टीवी, पाकिस्तान जिंदाबाद।